अच्छा ਤੁਹਾਡੇ ਤਿੰਨਾਂ ਦਾ ਜੋ ਬੌਂਡ ਹੈ ਉਹ ਫਿਲਮ ਦੇ ਵਿੱਚ ਵੀ ਦਿਖ ਰਿਹਾ ਹੈ, ਉਹ ਇੱਥੇ ਆਫ ਸਕਰੀਨ ਵੀ ਜਦੋਂ ਕੈਮਰਾਸ ਬੰਦ ਸੀ ਉਦੋਂ ਵੀ ਦਿਖ ਰਿਹਾ ਸੀ। ਹੁਣ ਮੈਂ ਸੋਚ ਰਹੀ ਹਾਂ ਕਿ ਇੱਕ ਛੋਟਾ ਜਿਹਾ ਬੌਂਡ ਟੈਸਟ ਕੀਤਾ ਜਾਏ। ਸੋ ਇਸ ਗੇਮ ਦਾ ਨਾਮ ਹੈ ਜੀ ਹੂ ਇਜ਼ ਮੋਸਟ ਲਾਈਕਲੀ ਟੂ, ਮਤਲਬ ਕਿ ਇਹ ਜਿਹੜਾ ਕੰਮ ਹੈ ਜੋ ਮੈਂ ਦੱਸੂੰਗੀ ਸਟੇਟਮੈਂਟ, ਇਹ ਕੌਣ ਕਿਹਦੀ ਪ੍ਰੋਬੇਬਿਲਿਟੀ ਜ਼ਿਆਦਾ ਕਿ ਇਹ ਵਾਲਾ ਕੰਮ ਇਹ ਬੰਦਾ ਕਰੂਗਾ। ਠੀਕ ਹੈ, ਤੁਸੀਂ ਇੱਕ ਦੂਸਰੇ ਦਾ ਨਾਮ ਲੈ ਸਕਦੇ ਹੋ, ਆਫਕੋਰਸ ਆਪਣਾ ਵੀ ਲੈ ਸਕਦੇ ਹੋ। ਸੋ ਸਭ ਤੋਂ ਪਹਿਲਾਂ ਹੂ ਇਜ਼ ਮੋਸਟ ਲਾਈਕਲੀ ਟੂ ਸਟਾਰਟ ਅ ਫਾਈਟ, ਲੜਾਈ ਕੌਣ ਪਹਿਲਾਂ ਸ਼ੁਰੂ ਕਰ ਸਕਦਾ ਮੈਜੋਰਿਟੀ ਦੇ ਨਾਲ? ਸ਼ਰਮ ਕਰੋ ਦੋਵੇਂ ਜਣੇ, ਅਰੇ ਬਾਵਾ ਵੇਖੋ ਜਿੱਦਾਂ ਜੁਆਇਨ ਕਰਾ ਰਹੇ ਕੋਈ ਪਾਰਟੀ ਮੈਨੂੰ, ਚਲੋ ਥੱਲੇ ਕਰਾ ਦਿੰਦੇ ਤੇ ਲੜਾਈ ਵੀ। ਅੱਛਾ, ਹੂ ਇਜ਼ ਮੋਸਟ ਲਾਈਕਲੀ ਟੂ ਫਿਨਿਸ਼ ਆਲ ਦ ਫੂਡ ਔਨ ਦ ਟੇਬਲ, ਜਿੰਨੀ ਰੋਟੀ ਪਈ ਹੈ ਸਾਰੀ ਸਭ ਤੋਂ ਪਹਿਲਾਂ ਇਹ ਬੰਦਾ ਖਤਮ ਕਰੇਗਾ। ਆਪਣਾ ਹੱਥ ਵੀ ਤੁਸੀਂ ਆਪੇ ਖੜਾ ਕਰ ਸਕਦੇ ਹੋ ਜੇ ਤੁਸੀਂ ਆਪਣੇ ਆਪ ਨੂੰ ਨੋਮੀਨੇਟ ਕਰਨਾ ਹੈ। ਮੈਂ ਇਹਨਾਂ ਨੂੰ ਪੁੱਛ ਕੇ ਹਟੀ ਹਾਂ, ਸਾਰਾ ਕੁਝ ਖਾਂਦੇ, ਕੋਈ ਗ੍ਰੀਨ ਟੀ ਨਹੀਂ, ਕੋਈ ਕੁਝ ਨਹੀਂ। ਮੈਂ ਇਹਨਾਂ ਨੂੰ ਪੁੱਛ ਕੇ ਹਟੀ ਹਾਂ ਇੰਟਰਵਿਊ 'ਚ, ਮੈਂ ਕਿਹਾ ਕਿੱਥੇ ਜਾਂਦਾ, ਸਾਰੇ ਕਹਿੰਦੇ ਤੁਸੀਂ ਬਹੁਤ ਖਾਂਦੇ ਹੋ ਪਰ ਤੁਸੀਂ ਇੰਨੇ ਫਿੱਟ ਹੋ, ਦੱਸਦੇ ਨਹੀਂ, ਕਹਿੰਦੇ ਮੈਂ ਨਹੀਂ ਖਾਂਦਾ ਮੈਂ ਨਹੀਂ ਖਾਂਦਾ। ਅੱਛਾ, ਹੂ ਇਜ਼ ਮੋਸਟ ਲਾਈਕਲੀ ਕਿ ਜੋ ਜ਼ਿਆਦਾ ਸਟ੍ਰੈਸ ਲੈਂਦਾ ਹੈ? ਅੱਛਾ, ਹੂ ਇਹਦਾ ਤਾਂ ਆਨਸਰ ਸਾਨੂੰ ਸਾਰਿਆਂ ਨੂੰ ਪਤਾ ਹੈ, ਹੂ ਇਜ਼ ਮੋਸਟ ਲਾਈਕਲੀ ਜੋ ਹਰ ਜਗ੍ਹਾ ਲੇਟ ਪਹੁੰਚਦਾ ਹੈ? ਮੈਨੂੰ ਲੱਗਾ ਸੀ ਸਾਰੇ ਰਣਜੀਤ ਬਾਬਾ ਜੀ ਨੂੰ ਕਹਿਣਗੇ। ਅੱਛਾ, ਅਸਰ ਹੋਇਆ ਛੱਡੋ ਯਾਰ, ਮੈਂ ਹੈਰਾਨ ਹੋ ਗਿਆ। ਚਲੋ ਹੈਗੀ ਤਾਂ ਗੱਲ ਸੀਰੀਅਸ ਹੀ ਆ, ਮਤਲਬ ਬਜ਼ੁਰਗ ਸਾਡੇ ਕੋਈ ਪਰਿਵਾਰ ਚ ਹੀ ਸੀਗੇ ਆਪਣੇ, ਪੂਰੇ ਹੋ ਗਏ ਤੇ ਜਨਾਬ ਨੀ ਭੋਗਦੇ ਵੀ ਉਦੋਂ ਪਹੁੰਚੇ ਤੂੰ ਦਰੀਆਂ ਇਕੱਠੀਆਂ ਕਰ ਰਹੇ ਹੋ। ਉਹ ਮੈਂ ਕਿਹਾ ਯਾਰ ਬੰਦਾ ਭੋਗਦੇ ਤੇ ਟਾਈਮ ਤੇ ਆ ਜਾਂਦਾ ਵਾ, ਜਲੇਬ ਜਰੂਰ ਪਤਾ ਕੀ ਕਹਿੰਦੇ ਜਲੇਬ ਬਾਈ ਰੱਖ ਲਿਓ, ਇਹ ਆ ਗਏ ਜਲੇਬ ਦਾ। ਮੈਂ ਕਿਹਾ ਮੈਂ ਨੀ ਕੱਢੇ ਜਲੇਬ ਜਿਹੜੇ ਮੈਂ ਰੱਖਣੇ। ਦੇਖੋ ਜੀ ਜਦੋਂ ਨਾ ਮੈਨੂੰ ਪਤਾ ਹੁੰਦਾ ਵੀ ਕੰਮ ਕਿੰਨੇ ਕੁ ਉਹ ਹੈਗਾ ਲੋੜ ਦਾ, ਹਨਾ। ਹੁਣ ਜਦੋਂ ਫਿਲਮ ਦਾ ਸ਼ੂਟ ਆ ਜਾਂ ਉਹ ਆ, ਉਹ ਚਲੋ ਆਪਾਂ ਨੂੰ ਪਤਾ ਹੁੰਦਾ ਵੀ ਇਹ ਤਾਂ ਹੁਣ ਡੈਡਲਾਈਨ ਆ, ਹਨਾ, ਉਹ ਤਾਂ ਪਹੁੰਚਣਾ ਹੀ ਪਹੁੰਚਣਾ, ਉਹ ਤਾਂ ਅਲੱਗ ਗੱਲ ਆ। ਹੁਣ ਜਿਵੇਂ ਭੋਗ ਵਾਲੀ ਗੱਲ ਆ ਜਾਂ ਹੋਰ ਆ, ਉਹਦੇ ਵਿੱਚ ਤਾਂ ਇਹ ਹੁੰਦਾ ਮੈਨੂੰ ਇਹ ਹੁੰਦਾ, ਦੇਖੋ ਮੈਂ ਨਾ ਜ਼ਿਆਦਾ ਲੋਕਾਂ 'ਚ ਜਾਣਾ ਪਰਹੇਜ਼ ਕਰਦਾ। ਅਸਲ 'ਚ ਗੱਲ ਇਹ ਆ, ਮੈਨੂੰ ਇਹ ਹੁੰਦਾ ਵੀ ਜਿਹਦੇ ਕੋਲ ਮੈਂ ਚੱਲਿਆ ਮੈਂ ਉਹਦੇ ਨਾਲ ਬੈਠਾ, ਉਹਦੇ ਨਾਲ ਵਧੀਆ ਟਾਈਮ ਸਪੈਂਡ ਹੋਵੇ। ਹੁਣ ਜਿਵੇਂ ਭਾਜੀ ਮੈਨੂੰ ਰਾਤੀ ਕਹਿੰਦੇ ਰਾਤੀ ਆਪਣੀ ਗੱਲ ਹੋਈ, ਜਦੋਂ ਉੱਥੋਂ ਆਏ ਭਾਜੀ 10 ਵਜੇ ਤਰਸੇਮ ਭਾਜੀ ਨੇ, ਮੈਂ ਕਿਹਾ ਭਾਜੀ ਮੈਂ ਕੋਰੇ ਕਾਗਜ਼ ਤੇ ਮੇਰੇ ਤੋਂ ਸਾਈਨ ਲੈ ਲਓ। ਮੈਂ ਕਿਹਾ ਜੇ 10 ਵਜੇ ਸ਼ੁਰੂ, ਚਲੋ ਸ਼ੁਰੂ ਵੀ 10 ਦਿੱਤੇ, ਮੈਂ ਕਿਹਾ ਨਹੀਂ ਭਾਜੀ ਮੈਂ ਤਾਂ ਸਵੇਰੇ ਮੈਨੂੰ 9 ਵਜੇ ਇੰਨਾ ਉਠਾਇਆ ਫੋਨ ਕਰਕੇ ਵੀ ਇੰਟਰਵਿਊ ਹੈ, ਮੈਂ ਕਿਹਾ ਸੌਂ ਜਾ ਰਣਜੀਤ ਸਿੰਘ ਉਹਨਾਂ ਨੇ ਆਉਣਾ। ਤੁਸੀਂ ਇਹ ਦੇਖੋ ਇਹ ਪੁੱਛੋ ਕਿੰਨੇ ਵਜੇ ਉੱਠੇ, 8 ਵਜੇ। ਅਸੀਂ ਪਤਾ ਕਿੰਨੇ ਵਜੇ ਉੱਠੀ ਆ, 6 ਵਜੇ। 6 ਵਜੇ ਉੱਠ ਕੇ ਸਾਨੂੰ ਹੁਣ ਅਸੀਂ ਆਉਣਾ ਹੁੰਦਾ ਦੂਰੋਂ, ਇਹਨਾਂ ਨੇ ਆਉਣਾ 5 ਮਿੰਟ ਤੋਂ ਪੀਟੀ ਸੀ। ਮੈਂ ਤਾਂ ਉਹ ਪੌਣੇ 10 ਤੱਕ 6 ਵਜੇ ਉੱਠ ਕੇ ਨਹਾ ਲੂਗੇ ਤਿਆਰ ਹੋ। ਮੈਂ ਵੀ ਨਹਾਇਆ, ਮੈਂ ਵੀ ਨਹਾਉਣਾ ਆ, ਨਹਾਉਣਾ ਵੀ ਨਹਾਉਣਾ ਹੁੰਦਾ ਹੀ ਨਹੀਂ, ਮੈਂ ਨਹਾਉਂਦਾ ਨਹੀਂ। ਕਦੇ ਕਦੇ ਡਾਇਰੈਕਟਲੀ ਵਾਲਾ ਸਵਾਲ ਆਇਆ, ਪੌਣੇ 10 ਮੈਂ ਫੋਨ ਕਰਦਾ ਸੀ, ਜਿਹੜਾ ਕਦੇ ਕਦੇ ਡਾਇਰੈਕਟਲੀ ਨਹੀਂ ਹੋਣ ਵਾਲਾ ਸਵਾਲ ਵੀ ਹੈਗਾ ਤੁਹਾਡੇ ਕੋਲ। ਕੌਣ ਕਿਹਦੀ ਪ੍ਰੋਬੈਬਿਲਿਟੀ ਜ਼ਿਆਦਾ ਹੈ, ਦੱਸ ਦਿਓ ਕਿਹਦੀ ਹੈ, ਜਿਹੜਾ ਨਹਾਉਂਦਾ ਨਹੀਂ ਖਾਲੀ ਡਾਇਰੈਕਟਲੀ ਨਹੀਂ ਹੋ ਕੇ ਆਉਂਦਾ ਬਾਈ, ਹੋ ਸਕਦਾ। ਦਸ ਬਾਈ ਤੇ ਜਾ ਕੇ ਕਾਲੜਾ ਸਾਹਿਬ ਆਂਦੇ ਵੀ ਬਾਈ ਨੂੰ 10 ਮਿੰਟ ਲੱਗਣੇ। ਮੈਂ ਕਿਹਾ 10 ਮਿੰਟ ਦਾ ਮਤਲਬ ਮੈਂ ਕਿਹਾ ਗੱਡੀ ਮੜੋ ਵੀ ਵਾਪਸ, ਹੋਰ ਕੰਮ ਨਿਬੇੜਾ। ਚਲੋ, ਹੂ ਇਜ਼ ਮੋਸਟ ਲਾਈਕਲੀ ਟੂ ਫੋਰਗੇਟ ਡਾਇਲੌਗਸ, ਜਿਹਨੂੰ ਡਾਇਲੌਗ ਜ਼ਿਆਦਾ ਭੁੱਲਦੇ ਆ, ਕੌਣ ਹੈ ਇਹਨਾਂ ਦੋਵਾਂ 'ਚ? ਆਹ ਸਵਾਲ ਦੇ ਦੇ ਆਪਣੀ ਮੋਚ ਐਵ ਨਹੀਂ ਆ। ਹਾਂ ਕਰੋ ਸਰ। ਅੱਛਾ, ਦੋਨੋਂ ਨਹੀਂ? ਉਹ ਬੰਦਾ ਬਾਹਰ ਆ, ਉਹ ਬੰਦਾ ਬਾਹਰ ਗੁਰਬਾਜ਼ ਐ ਵੀ ਜੈਸਮੀਨ ਦਾ ਨਾਲ ਆ ਦੇ, ਉਹ ਤੁਸੀਂ ਕੱਟ ਦਿੱਤੀ। ਅੱਛਾ ਨਹੀਂ, ਵੈਰੀ ਨਾਈਸ। ਅੱਛਾ, ਹੁਣ ਅਗਲਾ ਹੈ ਕਿ ਹੂ ਇਜ਼ ਮੋਸਟ ਲਾਈਕਲੀ ਟੂ ਫੋਰਗੇਟ, ਸੋਰੀ, ਹੂ ਇਜ਼ ਮੋਸਟ ਲਾਈਕਲੀ
ਕਿ ਜੋ ਡਰ ਜਾਏਗਾ ਇੱਕ ਹੋਰਰ ਫਿਲਮ ਦੇਖ ਕੇ ਜਾਂ ਹੋਰਰ ਫਿਲਮ ਦੇਖਣਾ ਪਸੰਦ ਨਹੀਂ ਕਰੇਗਾ ਤੁਹਾਡੇ ਤਿੰਨਾਂ ਚੋਂ? ਭੂਤ ਹੀ ਡਰ ਸਕਦੇ ਹੋ, ਆਪਣਾ ਤਾਂ ਨਹੀਂ ਕਹਿ ਸਕਦੇ। ਕੋਈ ਵੀ ਨਹੀਂ? ਨਹੀਂ, ਆਹ ਕਿਹੜਾ ਸਵਾਲ। ਨਹੀਂ ਨਾ ਨਾ, ਵੈਰੀ ਨਾਈਸ। ਅੱਛਾ, ਐਡੀ ਐਡੀ ਪੱਗਾਂ ਬੰਨ੍ਹੀ ਫਿਰਦੇ ਨੇ, ਭੂਤਾਂ ਡਰ ਜਾਣਗੇ। ਅੱਛਾ, ਹੂ ਇਜ਼ ਮੋਸਟ ਲਾਈਕਲੀ ਜੋ ਇੰਪਲਸ ਚ ਆ ਕੇ ਬਹੁਤ ਜ਼ਿਆਦਾ ਮਹਿੰਗੀ ਸ਼ਾਪਿੰਗ ਕਰ ਲਏਗਾ? ਆਪਣੇ ਘਰੇ ਅਗਲਾ ਜੀ, ਹੂ ਇਜ਼ ਮੋਸਟ ਲਾਈਕਲੀ ਟੂ ਕੈਂਸਲ ਪਲਾਨਸ ਲਾਸਟ ਮੂਮੈਂਟ, ਆਖਰੀ ਟਾਈਮ ਤੇ ਆ ਕੇ ਹੱਥ ਖੜਾ ਕਰੋ ਜੀ। ਲੱਗੇ ਮਿੱਟੇ ਆ, ਹੱਥ ਨਹੀਂ ਖਲੋੜਾ, ਇੱਧਰ ਵੇਖ ਲੋ ਮਾੜਾ ਜਿਹਾ ਘਮਾ ਕੇ, ਕਿਉਂਕਿ ਉਹਨਾਂ ਨੇ ਕਿਹਾ ਸੀ ਵੀ ਉਹ ਲੋਕਾਂ 'ਚ ਜਾਣਾ ਜ਼ਿਆਦਾ ਪਸੰਦ ਨਹੀਂ ਕਰਦੇ, ਜਿਹੜੇ ਇੰਟਰੋਵਰਟ ਹੁੰਦੇ ਉਹ ਇਦਾਂ ਹੀ ਕਰਦੇ। ਮੇਰਾ ਮੇਰਾ ਮਤਲਬ ਦੇਖੋ, ਮੇਰਾ ਹੈਗਾ ਮੂੜੀ ਜਿਹਾ ਸੁਭਾਅ ਹਨਾ ਜ਼ਿਆਦਾਤਰ, ਮੈਂ ਸਾਡਾ ਪੋਲਿਟਿਸ਼ੀਅਨ ਨਹੀਂ ਹੈ, ਥੈਂਕ ਗੋਡ, ਨਹੀਂ ਤਾਂ ਜਿੰਨੀਆਂ ਰੈਲੀਆਂ ਇਹ ਕੈਂਸਲ ਕਰਨਾ। ਅਗਲਾ ਹੈ ਜੀ, ਹੂ ਇਜ਼ ਮੋਸਟ ਲਾਈਕਲੀ ਟੂ ਬੀ ਮੋਰ ਐਡਵੈਂਚਰਸ, ਤੁਹਾਡੇ ਤਿੰਨਾਂ ਚੋਂ ਐਡਵੈਂਚਰ ਕਰਨ ਦਾ ਕੌਣ ਤੁਹਾਨੂੰ ਲੱਗਦਾ ਜ਼ਿਆਦਾ ਸ਼ੌਕੀਨ ਹੋਏਗਾ? ਵੀ ਕਦੀ ਬੰਜੀ ਜੰਪਿੰਗ ਕਰ ਲਈ, ਸਕੂਬਾ ਡਾਈਵਿੰਗ ਕਰ ਲਈ? ਭਾਈ ਭਾਜੀ ਕਰ ਸਕਦੇ ਬੰਜੀ ਜੰਪਿੰਗ, ਅਗਲੇ ਦਾ ਜਵਾਬ ਮੈਨੂੰ ਹੁਣ ਤੁਹਾਡੀ ਸਾਰੀ ਇੰਟਰਵਿਊ ਤੋਂ ਪਤਾ ਲੱਗ ਗਿਆ ਹੋਇਆ ਕਿ ਹੂ ਇਜ਼ ਮੋਸਟ ਲਾਈਕਲੀ ਟੂ ਈਟ ਜੰਕ ਫੂਡ, ਇਹਦਾ ਜਵਾਬ ਹੈਗਾ ਇੱਧਰ। ਸਵੇਰੇ ਮੈਨੂੰ ਪਤਾ ਕੀ ਭੇਜੀ ਫੋਟੋ, ਇੱਧਰ ਵੇਖੋ, ਐਡੀ 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 ਸਿਰ ਸਿਰ ਜਿੱਡੀਆਂ ਪੂਰੀਆਂ ਤੇ ਪਰੌਂਠੇ, ਤੇ ਮੈਨੂੰ ਕਹਿੰਦੇ ਭਾਜੀ ਡਾਈਟਿੰਗ ਸ਼ੁਰੂ ਚਲਦਾ ਸਰ।